जिहड़ी तुसीं फोटो देख रहे हो ना स्क्रीन दे उपर, एक फोटो देख रहे होंगे तुसीं, ते इह बाई होरां दे जवाक ने, इहनां दे परिवार चों ने। ते बाई जिहड़ी इह फोटो आ बाई नाल, इह 29 तरीक दी आ। हांजी हांजी वीरे, असीं आए सीगे वीरे मिलण बाई नूं, बाई सानूं नहीं मिलिया। मेरी भतीजी सी, इक मेरा भाणजा सीगा, आ वी मुंडा नाल सी साडे, असीं चार जणे सीगे। ते उह वीरा कहिंदा वी बाई ने मिलणा नहीं, वी बाहर नहीं आउंदा हैगा। ਅਸੀਂ ਕਿਹਾ ਵੀ ਚਲੋ ਕੋਈ ਨਾ, ਵੀ ਬੱਚਿਆਂ ਦੀ ਫੋਟੋ ਕਰਾ ਦਿਓ ਵੀ ਸਾਡੇ, ਅਸੀਂ ਤਾਂ ਬਾਈ ਨੂੰ ਮਿਲੇ ਹੋਏ ਹਾਂ ਕਈ ਵਾਰ। ਅਤੇ ਬਾਈ ਨੇ ਫਿਰ ਉਹ ਫੋਨ ਸਾਡਾ ਅੰਦਰ ਲੈ ਗਏ, ਅਤੇ ਉਹ ਸਾਡੇ ਬੱਚਿਆਂ ਨਾਲ ਫੋਟੋ ਕਰਾ ਦੀ। ਉਹ ਲਾਸਟ ਫੋਟੋ ਹੀ ਆ ਮੰਨੋ ਕਿ, ਸਾਨੂੰ ਬਾਈ ਮਿਲਿਆ ਨਹੀਂ ਗਾ। ਲਾਸਟ ਫੋਟੋ ਤੁਹਾਡੇ ਜਵਾਕਾਂ ਨਾਲ? ਹਾਂਜੀ ਹਾਂਜੀ ਵੀਰੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਗੁਰਮੁਖ ਸੰਧੂ, ਤੁਸੀਂ ਜੱਟ ਬਾਬੇ ਟੈਲੀਵਿਜ਼ਨ ਦੇ ਨਾਲ ਜੁੜੇ ਹੋ। ਦੋਸਤੋ, ਜਿਹੜੀਆਂ ਤੁਸੀਂ ਫੋਟੋਆਂ ਆਪਣੀ ਸਕਰੀਨ ਦੇ ਉੱਪਰ ਦੇਖ ਰਹੇ ਹੋ, ਇਹ ਆਪਾਂ ਆਖਰੀ ਫੋਟੋਆਂ ਕਹਿ ਸਕਦੇ ਹਾਂ ਬਾਈ ਸਿੱਧੂ ਮੂਸੇਵਾਲੇ ਦੀਆਂ, ਕਿਉਂਕਿ ਇਹ ਉਸੇ ਦਿਨ ਦੀਆਂ ਫੋਟੋਆਂ ਨੇ ਜਿਸ ਦਿਨ ਸਿੱਧੂ ਬਾਈ ਦੇ ਨਾਲ ਉਹ ਘਟਨਾ ਵਾਪਰੀ ਕਿ ਸਿੱਧੂ ਮੂਸੇਵਾਲਾ ਇਸ ਦੁਨੀਆ ਤੋਂ ਅਲਵਿਦਾ ਕਹਿ ਕੇ ਚਲੇ ਗਏ। ਕਿਉਂਕਿ ਸਿੱਧੂ ਬਾਈ ਨਾਲ ਤਕਰੀਬਨ 5:30 ਘਟਨਾ ਹੁੰਦੀ ਹੈ, ਅਤੇ 5 ਤੋਂ ਬਾਅਦ ਦੀਆਂ ਹੀ ਇਹ ਫੋਟੋਆਂ ਨੇ। ਤਕਰੀਬਨ 15-20 ਮਿੰਟ ਤੋਂ ਬਾਅਦ ਉਹ ਘਟਨਾ ਹੋ ਜਾਂਦੀ ਹੈ ਜਿਸ ਦੇ ਵਿੱਚ ਸਿੱਧੂ ਮੂਸੇਵਾਲਾ ਇਸ ਦੁਨੀਆ ਤੋਂ ਚਲੇ ਜਾਂਦੇ ਨੇ। ਇਹ ਵੀਰ ਸਿੱਧੂ ਬਾਈ ਨੂੰ ਮਿਲਣ ਆਏ ਤੇ ਹਵੇਲੀ ਵਿਖੇ। ਬਾਈ ਦੱਸਦਾ ਹੈ ਕਿ ਉਦਣ ਸਾਨੂੰ ਤਾਂ ਅੰਦਰ ਜਾਣ ਨਹੀਂ ਦਿੱਤਾ, ਪਰ ਸਾਡੇ ਬੱਚਿਆਂ ਨੂੰ ਜ਼ਰੂਰ ਸਿੱਧੂ ਮੂਸੇਵਾਲੇ ਦੇ ਨਾਲ ਆਖਰੀ ਫੋਟੋ ਕਰਵਾਉਣ ਦਾ ਮੌਕਾ ਮਿਲ ਗਿਆ। ਜਿਸ ਸਮੇਂ ਇਹ ਵੀਰ ਫੋਟੋਆਂ ਕਰਵਾਉਣ ਦੇ ਲਈ ਗੇਟ ਦੇ ਵਿੱਚ ਖੜ੍ਹੇ ਸੀ, ਉਸੇ ਸਮੇਂ ਕੇਕੜੇ ਵਰਗੇ ਵੀ ਗੇਟ ਦੇ ਵਿੱਚ ਖੜ੍ਹੇ ਹੋਣੇ ਬਾਈ ਦੀ ਰੇਕੀ ਕਰਨ ਦੇ ਲਈ। ਪਰ ਇਹ ਵੀਰ ਆਖਦਾ ਹੈ ਕਿ ਸਾਨੂੰ ਕੁਝ ਵੀ ਪਤਾ ਨਹੀਂ ਸੀ ਕਿ ਕੌਣ ਗੇਟ ਦੇ ਬਾਹਰ ਖੜ੍ਹਾ ਹੈ, ਕਿਉਂਕਿ ਅਸੀਂ ਤਾਂ ਬਾਈ ਦੇ ਨਾਲ ਫੋਟੋ ਕਰਵਾਉਣ ਆਏ ਸੀ। ਦੋਸਤੋ, ਹੋਰ ਕੀ ਕਿਹਾ ਇਹਨਾਂ ਵੀਰਾਂ ਨੇ, ਆਓ ਆਪਾਂ ਇੱਕ ਨਿਗਾਹ ਮਾਰ ਲੈਂਦੇ ਹਾਂ ਇਸ ਵੀਡੀਓ ਵੱਲ। ਜਿਸ ਦਿਨ ਬਾਈ ਨਾਲ, ਸਿੱਧੂ ਬਾਈ ਨਾਲ ਘਟਨਾ ਹੁੰਦੀ ਹੈ 29 ਤਰੀਕ ਨੂੰ, ਉਸ ਦਿਨ ਵੀ ਇਹ ਬਾਈ ਨੂੰ ਮਿਲ ਕੇ ਗਏ ਸੀ। ਇਹਨਾਂ ਦੇ ਬੱਚੇ ਸੀ ਨਾਲ, ਅਤੇ ਉਹ ਬੱਚੇ ਵੀ ਬਾਈ ਨੂੰ ਮਿਲਣੇ। ਮੇਰੇ ਖਿਆਲ ਦੇ ਵਿੱਚ ਜਿਹੜੀ ਲਾਸਟ ਫੋਟੋ ਹੈ, ਬਾਈ ਹੋਰੀ ਨੇ ਇਹਨਾਂ ਦੇ ਜਵਾਕਾਂ ਨਾਲ ਖਿਚਵਾਈ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਗੁਰਮੁਖ ਸੰਧੂ, ਜੱਟ ਬਾਬੇ ਟੈਲੀਵਿਜ਼ਨ ਦੇ ਨਾਲ ਤੁਸੀਂ ਜੁੜੇ ਹੋ। ਬਾਈ ਹੋਰੀ ਨੇ ਮੇਰੇ ਨਾਲ ਸਿੱਧੂ ਬਾਈ ਦਾ ਜਿੱਥੇ ਸਮਾਰਕ ਬਣਿਆ ਹੋਇਆ, ਕਿਉਂਕਿ ਮੈਂ ਪਹਿਲਾਂ ਕਹਿੰਦਾ ਕਿ ਜਿੱਥੇ ਸਿੱਧੂ ਬਾਈ ਦੀ ਸਮਾਧ ਬਣੀ ਆ, ਲੋਕ ਨਾ ਐਤਰਾਜ਼ ਕਰਦੇ ਨੇ ਕਿ ਅਗਲਾ ਕਹਿੰਦਾ ਯਾਰ ਸਮਾਧ ਕਿਉਂ ਕਹਿੰਦੇ ਹੋ। ਵੈਸੇ ਅਗਰ ਮੈਂ ਗੱਲ ਕਰਾਂ, ਕਿਹੜੇ ਅਗਰ ਆਪਣੇ ਪੰਜਾਬੀ ਦੇ ਤਰੀਕੇ ਨਾਲ ਦੇਖੀਏ, ਜੱਟਾਂ ਵਾਲੀ ਭਾਸ਼ਾ ਦੇਖੀਏ, ਪਹਿਲਾਂ ਆਪਣੇ ਖੇਤਾਂ 'ਚ ਵੀ ਸਮਾਧਾਂ ਬਣੀਆਂ ਹੁੰਦੀਆਂ ਸੀ, ਹੈ ਨਾ, ਵੱਡ ਵਡੇਰਿਆਂ ਦੀਆਂ। ਉਸੇ ਤਰੀਕੇ ਨਾਲ ਲੋਕ ਉਰੇ ਸਮਾਧ ਕਹਿਣ ਲੱਗੇ ਨੇ, ਪਰ ਕਈ ਗਿਆਨੀ ਬਹੁਤ ਨੇ, ਲੋਕ ਆਪੋ ਆਪਣਾ ਦੱਸਣਾ ਹੁੰਦਾ ਹਰੇਕ ਨੇ, ਇਸੇ ਕਰਕੇ ਸਮਾਰਕ ਕਿਹਾ ਮੈਂ। ਅੱਛਾ, ਮੇਰੇ ਨਾਲ ਬਾਈ ਹੋਰੀ ਨੇ, ਇਹ ਬਾਈ ਹੋਰਾਂ ਨਾਲ ਮੈਂ ਗੱਲਬਾਤ ਕਰ ਰਿਹਾ ਸੀ। ਬਾਈ ਹੋਰਾਂ ਨੇ ਦੱਸਿਆ ਕਿ ਜਿਸ ਦਿਨ ਬਾਈ ਨਾਲ, ਸਿੱਧੂ ਬਾਈ ਨਾਲ ਘਟਨਾ ਹੁੰਦੀ ਹੈ 29 ਤਰੀਕ ਨੂੰ, ਉਸ ਦਿਨ ਵੀ ਇਹ ਬਾਈ ਨੂੰ ਮਿਲ ਕੇ ਗਏ ਸੀ। ਇਹਨਾਂ ਦੇ ਬੱਚੇ ਸੀ ਨਾਲ, ਅਤੇ ਉਹ ਬੱਚੇ ਵੀ ਬਾਈ ਨੂੰ ਮਿਲਣੇ। ਮੇਰੇ ਖਿਆਲ ਦੇ ਵਿੱਚ ਜਿਹੜੀ ਲਾਸਟ ਫੋਟੋ ਹੈ, ਬਾਈ ਹੋਰੀ ਨੇ ਇਹਨਾਂ ਦੇ ਜਵਾਕਾਂ ਨਾਲ ਖਿਚਵਾਈ। ਕੀ ਹਾਲ ਨੇ ਬਾਈ? ਵਧੀਆ ਵੀਰੇ। ਕਿਹੜਾ ਪਿੰਡ ਆ ਵੀਰੇ? ਘਗਰਾਣਾ ਪਿੰਡ ਆ ਵੀਰੇ, ਲੁਧਿਆਣਾ ਜ਼ਿਲ੍ਹਾ। ਅੱਛਾ, ਜਿਹੜੀ ਤੁਸੀਂ ਫੋਟੋ ਦੇਖ ਰਹੇ ਹੋ ਨਾ ਸਕਰੀਨ ਦੇ ਉੱਪਰ, ਇੱਕ ਫੋਟੋ ਦੇਖ ਰਹੇ ਹੋਵੋਗੇ ਤੁਸੀਂ, ਅਤੇ ਇਹ ਬਾਈ ਹੋਰਾਂ ਦੇ ਜਵਾਕ ਨੇ, ਇਹਨਾਂ ਦੇ ਪਰਿਵਾਰ 'ਚੋਂ ਨੇ। ਅਤੇ ਬਾਈ ਜਿਹੜੀ ਇਹ ਫੋਟੋ ਆ ਬਾਈ ਨਾਲ, ਇਹ 29 ਤਰੀਕ ਦੀ ਆ। ਹਾਂਜੀ ਹਾਂਜੀ ਵੀਰੇ, ਅਸੀਂ ਆਏ ਸੀਗੇ ਵੀਰੇ ਮਿਲਣ ਬਾਈ ਨੂੰ, ਬਾਈ ਸਾਨੂੰ ਨਹੀਂ ਮਿਲਿਆ। ਮੇਰੀ ਭਤੀਜੀ ਸੀ, ਇੱਕ ਮੇਰਾ ਭਾਣਜਾ ਸੀਗਾ, ਆ ਵੀ ਮੁੰਡਾ ਨਾਲ ਸੀ ਸਾਡੇ, ਅਸੀਂ 4 ਸੀਗੇ। ਅਤੇ ਉਹ ਵੀਰਾ ਕਹਿੰਦਾ ਵੀ ਬਾਈ ਨੇ ਮਿਲਣਾ ਨਹੀਂ, ਵੀ ਬਾਹਰ ਨਹੀਂ ਆਉਂਦਾ ਹੈਗਾ। ਅਸੀਂ ਕਿਹਾ ਵੀ ਚਲੋ ਕੋਈ ਨਾ, ਵੀ ਬੱਚਿਆਂ ਦੀ ਫੋਟੋ ਕਰਾ ਦਿਓ ਵੀ ਸਾਡੇ, ਅਸੀਂ ਤਾਂ ਬਾਈ ਨੂੰ ਮਿਲੇ ਹੋਏ ਹਾਂ ਕਈ ਵਾਰ। ਅਤੇ ਬਾਈ ਨੇ ਫਿਰ ਉਹ ਫੋਨ ਸਾਡਾ ਅੰਦਰ ਲੈ ਗਏ, ਅਤੇ ਉਹ ਸਾਡੇ ਬੱਚਿਆਂ ਨਾਲ ਫੋਟੋ ਕਰਾ ਦੀ। ਉਹ ਲਾਸਟ ਫੋਟੋ ਹੀ ਆ ਮੰਨੋ ਕਿ, ਸਾਨੂੰ ਬਾਈ ਮਿਲਿਆ ਨਹੀਂ ਗਾ। ਲਾਸਟ ਫੋਟੋ ਤੁਹਾਡੇ ਜਵਾਕਾਂ ਨਾਲ? ਹਾਂਜੀ ਹਾਂਜੀ ਵੀਰੇ। ਅਤੇ ਉਸ ਦਿਨ ਘਰ ਦੇ ਬਾਹਰ ਕਿਹਾ ਜਿਹਾ ਮਾਹੌਲ ਸੀ ਉਸ ਦਿਨ ਘਰ ਦੇ ਬਾਹਰ, ਕਿਉਂਕਿ ਕਹਿੰਦੇ ਨੇ ਰੇਕੀ ਕਰਨ ਵਾਲੇ ਬੰਦੇ ਵੀ ਉੱਥੇ ਖੜ੍ਹੇ ਸੀ। ਤੁਸੀਂ ਨੇ ਕਿਵੇਂ ਹੁਣ ਟੀ ਵੀ ਦੇ ਉੱਪਰ ਫੋਟੋਆਂ ਦੇਖ ਰਹੇ ਹੋ, ਉਹ ਦੇਖੇ ਸੀ ਬੰਦੇ ਤੁਸੀਂ ਨੇ ਉੱਥੇ? ਨਹੀਂ ਵੀਰੇ, ਐਵੇਂ ਤੈਨੂੰ ਕਹਿੰਦਾ ਵੀ ਬੰਦੇ ਇਕੱਠ ਬਹੁਤ ਸੀਗਾ, ਘੱਟ ਕਾਫੀ ਸੀ ਬੰਦੇ ਮਿਲਣ ਵਾਲੇ। ਤੁਹਾਨੂੰ ਪਤਾ ਹੀ ਆ ਬਾਈ ਦੇ ਹਵੇਲੀ ਮੂਹਰੇ ਮੇਲਾ ਲੱਗਿਆ ਹੀ ਰਹਿੰਦਾ, ਬੰਦੇ ਵਾਲੇ ਸੀਗੇ। ਹੁਣ ਪਤਾ ਨਹੀਂ ਬਾਈ ਕਿਸੇ ਦੇ ਮੂੰਹ ਤੇ ਥੋੜੀ ਨਾ ਲਿਖਿਆ ਵੀ ਕੌਣ ਕਿੱਦਾਂ ਦਾ ਕੌਣ। ਕਿੰਨੇ ਕੁ ਵਜੇ ਆਏ ਸੀ ਉੱਥੇ? ਅਸੀਂ ਵੀਰੇ 11:30-12 ਅਸੀਂ ਪਹੁੰਚ ਗਏ ਸੀਗੇ ਬਾਈ ਦੀ ਹਵੇਲੀ ਕੋਲੇ, ਤੇ ਬਾਈ ਸਾਨੂੰ ਸ਼ਾਮ ਨੂੰ 5 ਮਿਲਿਆ ਸਾਨੂੰ। ਜਦੋਂ ਕਹਿੰਦੇ ਨੇ ਗੇਟ ਖੁੱਲਿਆ ਉਦੋਂ ਹੀ ਮਿਲਿਆ ਬਾਈ? ਹਾਂ, ਉਦੋਂ ਮਿਲਿਆ। ਉਦੋਂ ਪਹਿਲਾਂ ਉਹ ਕਹਿੰਦੇ ਵੀਰਾ, ਕਹਿੰਦਾ ਸਿਕਿਉਰਟੀ ਬਾਈ ਦੇ, ਜਿਹੜੇ ਸਿਕਿਉਰਟੀ ਗਾਰਡ ਨੇ ਉਹ ਕਹਿੰਦੇ ਬਾਈ ਨੇ ਮਿਲਣਾ ਨੀਗਾ ਵੀ ਬਾਈ। 5 ਮਿਲਿਓ? ਹਾਂ, ਅਸੀਂ 5 ਮਿਲੇ, 5:30 ਤਾਂ ਬਾਈ ਨਾਲ ਇਹ ਘਟਨਾ। ਹਾਂ ਵੀਰੇ, ਅਸੀਂ ਮਿਲ ਕੇ ਬਸ ਚਲੇ ਗਏ ਹਾਂ, 5:15 ਨੂੰ ਇਹ ਘਟਨਾ ਹੋ ਗਈ ਸਾਡੇ। 15 ਮਗਰੋਂ ਤੁਹਾਨੂੰ ਕਿਹਨੇ ਦੱਸਿਆ ਵੀ ਐ ਕਰਕੇ? ਸਾਨੂੰ, ਮੈਨੂੰ ਵੀਰੇ, ਮੈਂ ਗੱਡੀ ਚਲਾ ਰਿਹਾ ਸੀ, ਮੈਨੂੰ ਪਿੰਡੋਂ ਮੁੰਡੇ ਦਾ ਫੋਨ ਆਇਆ, ਕਹਿੰਦਾ ਮੂਸੇ ਵਾਲੇ ਬਾਈ ਨਾਲ ਆਹ ਗੱਲ ਹੋ ਗਈ। ਮੈਂ ਉਹਨੂੰ ਕਿਹਾ ਮਜ਼ਾਕ 'ਚ, ਮੈਂ ਯਾਰ ਕਿਉਂ ਤਾਂ ਮਿਲ ਕੇ ਆਇਆ ਵੀ, ਅਸੀਂ ਤਾਂ ਹੁਣ ਉੱਥੋਂ ਆਏ ਹਾਂ ਵੀ, ਭਤੀਜੀ ਨਾਲ ਆਪਣੀ ਨਾਲ ਫੋਟੋ ਕਰਾਈ ਆ। ਕਹਿੰਦਾ ਤੂੰ ਨੈੱਟ ਚਲਾ, ਅਸੀਂ ਦੇਖਿਆ ਫਿਰ ਵੀਰੇ ਨੈੱਟ 'ਤੇ, ਬਹੁਤ ਦੁੱਖ। ਮੈਂ ਗੱਡੀ ਚਲਾ ਰਿਹਾ ਸੀ, ਮੇਰੀਆਂ ਲੱਤਾਂ ਕੰਬਦੀਆਂ ਸੀ ਵੀਰੇ। ਪਹੁੰਚੇ ਸੀ ਤੁਸੀਂ? ਅਸੀਂ ਵੀਰੇ ਆਇਆ ਮਾਨਸਾ, ਜਿਹੜੇ ਮਾਨਸਾ ਹੀ ਸੀਗੇ, ਮੰਨ ਕੇ ਚੱਲ ਟੱਪੇ ਹੀ ਸੀਗੇ, ਜਾਨੂੰ ਤਾਂ ਕੰਮ ਹੋ ਗਿਆ ਵੀਰੇ। ਅਤੇ ਜਦੋਂ ਤੁਸੀਂ
ਮਾਨਸਾ ਸੀ, ਤੁਹਾਨੂੰ ਪਤਾ ਲੱਗਾ ਵੀ ਮਾਨਸਾ ਦੇ ਵਿੱਚ ਹੀ ਘਟਨਾ ਹੋਈ ਤਾਂ ਜਵਾਰ ਵਾਲੇ ਨੂੰ ਗਏ ਉਦਣ? ਨਹੀਂ ਵੀਰੇ, ਬੱਚੇ ਸੀਗੇ ਨਾਲ, ਅਸੀਂ ਦੂਰ ਜਾਣਾ ਸੀ, 130-132 ਕਿਲੋਮੀਟਰ ਆ ਸਾਡਾ ਪਿੰਡ ਇੱਥੋਂ, ਅਤੇ ਬੱਚੇ ਸੀਗੇ। ਜੇ ਬੱਚੇ ਨਾ ਹੁੰਦੇ ਫਿਰ ਮੈਂ ਮੁੜ ਜਾਂਦਾ। ਫਿਰ ਤਾਂ ਮੈਨੂੰ ਐਂ ਲੱਗਦਾ, ਖਰ ਨਿਗਾਹ ਨਹੀਂ ਪੈਂਦੀ ਵਿੱਚ ਲੋਕਾਂ ਦੇ, ਪਰ ਐਂ ਲੱਗਦਾ ਕਿਵੇਂ ਬਾਈ ਕਹਿੰਦਾ ਵੀ 5 ਵਜੇ ਕਿਹੜੀਆਂ ਆਪਾਂ ਖਬਰਾਂ ਦੇ ਅਨੁਸਾਰ ਅਗਰ ਦੇਖਦੇ ਹਾਂ ਤਾਂ ਉਹੀ ਟਾਈਮ ਸੀ ਉਹ ਜਦੋਂ ਬਾਈ ਦਾ ਦਰਵਾਜ਼ਾ ਖੁੱਲਿਆ ਤਾਂ ਰੇਕੀ ਕਰਨ ਵਾਲੇ ਬੰਦੇ ਵੀ ਉੱਥੇ ਖੜ੍ਹੇ ਸੀ, ਪਰ ਬਾਈ ਹੋਰ ਤਾਂ ਖੈਰ ਮਿਲਣ ਆਏ ਸੀ। ਬਾਈ ਹੋਰ ਉਹਨਾਂ ਨੇ ਮਿਲੇ ਅਤੇ ਮਿਲ ਕੇ ਚਲੇ ਗਏ। ਬਾਈ ਕਹਿੰਦਾ ਯਕੀਨ ਹੀ ਨਹੀਂ ਹੋਇਆ ਸਾਨੂੰ ਵੀ ਇਹ ਕੰਮ ਹੋ ਗਿਆ। ਪਹਿਲਾਂ ਕਈ ਵਾਰੀ ਮਿਲੇ ਹੋ ਬਾਈ ਨੂੰ? ਪਹਿਲਾਂ ਵੀਰੇ 2-3 ਵਾਰੀ ਮਿਲ ਚੁੱਕੇ ਹਾਂ। ਕਿਵੇਂ ਦਾ ਸੁਭਾਅ ਸੀ ਬਾਈ ਦਾ? ਹੀਰਾ ਬੰਦਾ ਸੀ ਸਾਡਾ, ਸਾਡੇ 'ਚ ਉਹ ਹੈ ਨਹੀਂ ਗਾ, ਕੀ ਕਹੀਏ ਯਾਰ। ਮਨ ਬਹੁਤ ਦੁੱਖ ਲੱਗਦਾ ਕਈ ਵਾਰੀ, ਕਈ ਤਾਂ ਲੋਕ ਮੈਂ ਕਿਵੇਂ ਗੱਲਬਾਤ ਕਰਦਾ ਨਾ, ਅਗਲਾ ਕਹਿੰਦਾ ਯਾਰ ਕੋਈ ਸਾਡਾ ਹੀ ਮਰ ਜਾਂਦਾ ਯਾਰ, ਇਹ ਨਾ ਮਰਦਾ। ਸਾਡੇ ਹੁਣ ਭਤੀਜੀ ਆ ਛੋਟੀ ਆ, 5 ਸਾਲ ਦੀ, ਉਹ 295 ਬਾਈ ਦਾ ਗਾਣਾ ਡੇਲੀ ਅੱਟਦੀ ਆ, ਸੁਣਨਾ ਵੀ ਆ, ਗਾਉਂਦੀ ਵੀ ਆ। ਅੱਛਾ, ਹਾਂ ਉਹ ਆਪ ਗਾਉਂਦੀ ਆ, ਉਹ ਹਾਲੇ ਕਿ ਨਹੀਂ ਆਇਆ ਜਿਵੇਂ ਬੱਚਾ, ਉਹ ਥੋੜ੍ਹੇ ਬਿਮਾਰ ਸੀ, ਉਹਦਾ ਬਹੁਤ ਮਨ ਸੀਗਾ ਇੱਥੇ ਆਉਣ ਦਾ। ਅੱਛਾ, ਉਹਦੇ ਲੋਕ ਇੱਕ ਐਂ ਕਹਿੰਦੇ, ਲੋਕ ਕਹਿੰਦੇ ਯਾਰ ਵੀ ਐਂ ਜੇ ਲੱਗਦਾ ਉਰੇ ਵੀ ਕਿਵੇਂ ਸਿੱਧੂ ਦੇ ਘਰੀਂ ਆ ਗਏ ਹੋਵਾਂਗੇ, ਅਸੀਂ ਖਾਸ ਜਗ੍ਹਾ ਬਣ ਜਾਂਦੀ। ਅਸੀਂ ਵੀ ਆਏ ਹਾਂ ਵੀਰੇ, 30 ਅਸੀਂ 6:30 ਦੇ ਤੁਰੇ ਹੋਏ ਹਾਂ, 2 ਮੁੰਡੇ ਅਸੀਂ ਮੋਟਰਾਂ 'ਤੇ ਆਏ ਹਾਂ, 6:30 ਤੁਰੇ ਹਾਂ, ਅਸੀਂ ਆਏ ਹਾਂ, ਸਾਨੂੰ ਆਇਆ ਸੀਗਾ ਵੀ ਛੇਤੀ ਚੱਲੀਏ, ਮੀਂਹ ਵੀ ਪਿਆ ਸੀ, ਗਿੱਲੇ ਵੀ ਹੋਏ ਹਾਂ। ਕਿੱਥੋਂ ਆਏ ਤੁਸੀਂ? ਲੁਧਿਆਣੇ ਤੋਂ। ਮੋਟਰਸਾਈਕਲ 'ਤੇ ਆਏ? ਮੋਟਰਸਾਈਕਲ 'ਤੇ ਆਏ ਯਾਰ, ਭਿੱਜ ਗਏ ਹੋਵੋਗੇ ਮੀਂਹ ਬਹੁਤ ਵੀਰੇ, ਆਹ ਕੱਪੜੇ ਹਜੇ ਗਿੱਲੇ ਨੇ ਮੁੰਡੇ ਦੇ। ਮੈਂ ਕਹਿੰਦਾ ਵੀ ਆਹੀ ਖੱਟ ਕੇ ਗਿਆ ਬਾਈ ਜਾਂਦਾ ਹੈ ਜ਼ਿੰਦਗੀ 'ਚੋਂ, ਇਹੀ ਖੱਟੇ, ਇਹ ਸਾਰਿਆਂ ਦੇ ਹੱਥ ਨਹੀਂ ਆਉਂਦੇ। ਕਿਹਾ ਵੀ ਰੱਬ ਵੀ ਹੁਣ ਸਾਡਾ ਪੈਰੀ ਉਹ ਕਰਦਾ ਵਾ ਵੀ ਰੋਕਦਾ ਸਾਨੂੰ, ਪਰ ਨਹੀਂ ਰੁਕਣਾ ਨਹੀਂ ਅਸੀਂ, ਅਸੀਂ ਤਾਂ ਜਾਣਾ ਹੀ ਜਾਣਾ, ਖੁਸ਼ ਹੋ ਜਾਵੇ ਬਾਈ ਦੇ ਪਿੰਡ, ਜਾਣਾ ਹੀ ਜਾਣਾ। ਖਬਰਾਂ ਦੇਖ ਕੇ ਆਉਂਗੇ ਵੀ ਬਾਈ ਦਾ ਸਟੈਚੂ ਲੱਗਾ। ਮਿੰਟੂ ਬਾਈ ਆ ਜਿਹੜਾ ਆਪਣਾ, ਉਹਨੇ ਪਾਈ ਹੋਈ ਸੀ ਵੀ ਸੰਡੇ ਨੂੰ ਅਸੀਂ ਬੁੱਤ ਲਾਉਣਾ ਬਾਈ ਦਾ, ਅਸੀਂ ਉਸੇ ਕਰਕੇ ਅਸੀਂ ਆਏ ਹਾਂ ਇੱਥੇ। ਤੁਸੀਂ ਕਿੱਥੋਂ ਆਏ ਬਾਈ? ਮੇਰਾ ਪਿੰਡ ਰਾਮਗੜ੍ਹ ਭੁੰਦੜ ਹੈ, ਇੱਥੋਂ 20 ਕਿਲੋਮੀਟਰ ਹੈ, 20-25 ਕਿਲੋਮੀਟਰ, ਅਤੇ ਮੈਂ ਖੈਰ ਪਹਿਲੀ ਵਾਰੀ ਆਇਆ। ਸਾਨੂੰ ਪਹਿਲਾਂ ਮੈਂ ਸਮਝਦਾ ਵੀ ਅਸੀਂ ਬੇਭਾਗੇ ਹਾਂ, ਸਾਨੂੰ ਮੌਕਾ ਨਹੀਂ ਮਿਲਿਆ, ਵੀ ਨੇੜੇ ਸੀ ਸਾਡੇ, ਅਤੇ ਚਲੋ ਐਂ ਵੀ ਹੁਣ ਵੀ ਐਂ ਹੀ ਲੱਗਦਾ ਵੀ ਉਹਦੀ ਰੂਹ ਹੈ ਨਾ ਜਿਹੜੀ ਇੱਥੇ ਹੀ ਆ, ਉਹ ਇੱਕ ਇੱਥੇ ਆ ਕੇ ਐਂ ਪਤਾ ਲੱਗਦਾ ਵੀ ਉਹ ਇੱਕ ਰੱਬ ਦੇ ਨੇੜਲੀ ਕੋਈ ਰੂਹ ਸੀ, ਐਂ ਆਮ ਰੂਹ ਨਹੀਂ ਹੁੰਦੀ ਇਹ, ਕੋਈ ਜਿਹੜਾ ਇੰਨਾ ਬਿਰਤਾਂਤ ਸਿਰਜ ਜਾਣਾ, ਐਡਾ ਵੱਡਾ ਮੇਲਾ ਸਿਰਜ ਜਾਣਾ, ਇਹ ਕਿਤੇ ਆਮ ਰੂਹਾਂ ਦੇ ਬਸ ਦੀ ਗੱਲ ਨਹੀਂ ਹੁੰਦੀ। ਉਹ ਜਿਵੇਂ ਕਹਿੰਦੇ ਹੁੰਦੇ ਆ ਵੀ ਜੀਵ ਵੱਧੇ ਕਰਮਾਂ ਦੇ ਜੱਗ ਆਉਂਦੇ ਆ, ਸਾਧੂ ਭੇਜਿਆ ਆਪ ਰੱਬ ਨੇ, ਆਪਣੇ ਵਰਗੇ ਜਿਹੜੇ ਆਮ ਨੋਰਮਲ ਬੰਦੇ ਹੁੰਦੇ ਆ ਉਹ ਆਪਣੇ ਕਰਮ ਹੁੰਦੇ ਆ ਆਪਾਂ ਆ ਜਾਂਦੇ ਹਾਂ, ਪਰ ਜਿਹੜੀਆਂ ਇਹੋ ਜਿਹੀਆਂ ਰੂਹਾਂ ਹੁੰਦੀਆਂ ਇਹ ਖਾਸ ਹੁੰਦੀਆਂ, ਇਹਨਾਂ ਨੂੰ ਰੱਬ ਕੋਈ ਨਾ ਕੋਈ ਇੱਕ ਤਾਕਤ ਦੇ ਕੇ ਭੇਜਦਾ। ਐਡੀ ਵੱਡੀ ਮਤਲਬ ਕਿ ਸ਼ੌਹਰਤ ਖੱਟਣੀ 4-5 ਸਾਲਾਂ 'ਚ, ਇਹ ਆਮ ਬੰਦੇ ਦੇ ਵੱਸ 'ਚ ਨਹੀਂ। ਇਹ ਜਿਵੇਂ ਉਹਨੇ ਬਾਈ ਨੇ ਲਿਖਿਆ ਪਿਛਲੇ ਕੋਈ ਕਰਮਾਂ ਦਾ ਧਨੀ ਲੱਗਦਾ ਜਾਂ ਕੋਈ ਮਿਹਰਬਾਨ ਹੈ ਖਵਾਜਾ ਮਿੱਟੀ, ਪਿਛਲੇ ਕਰਮਾਂ ਦਾ ਕੋਈ ਧਨੀ ਸੀਗਾ, ਇਹ ਗੱਲ ਦੇ ਵਿੱਚ ਸੱਚ ਹੈ। ਇਹ ਕਮਾਈ ਇਸ ਜਨਮ ਦੀ ਤਾਂ ਆਪਾਂ ਨੂੰ ਦਿਖਦੀ ਹੈ, ਵੀ ਪਿਛਲੇ ਜਨਮ ਦੀ ਕੋਈ ਕਮਾਈ ਸੀਗੀ ਜਿਹੜੀ ਅੱਗੇ ਆਈ ਆ ਇਹ, ਨਹੀਂ ਤਾਂ ਫਿਰ ਐਡਾ ਯਾਰ ਮੇਲਾ ਹੁਣ ਇਹਨੂੰ ਚਲੇ ਨੂੰ ਵੀ 1.5 ਮਹੀਨੇ ਤੋਂ ਉੱਤੇ ਹੋ ਗਿਆ, ਅੱਜ ਵੀ ਮੇਲਾ ਲੱਗਿਆ, ਫਿਰ ਵੀ ਦੇਖ ਰਹੇ ਹੋ ਕਿਵੇਂ ਗੱਡੀਆਂ ਨਾਲੇ ਵੀ। ਮੈਂ ਸਮਝਦਾ ਵੀ ਮੇਲਾ ਹੁਣ ਬਾਈ ਦਾ ਜਿਵੇਂ ਕੋਈ ਜਨਮ ਦਿਨ ਆਊ ਅਗਲੀ ਵਾਰੀ ਜਾਂ ਡੈਥ ਵਾਲਾ ਦਿਨ ਆਊਗਾ, ਇੱਥੇ ਪ੍ਰੋਗਰਾਮ ਹੋਇਆ ਕਰਨਗੇ, ਜਗ੍ਹਾ ਨਹੀਂ ਮਿਲਣੀ। ਹਾਂ ਵੀ ਉਹ ਬਾਈ ਨੇ ਜਿਉਂਦੇ ਨੂੰ ਵੀ ਬਹੁਤ ਨੂੰ ਰੋਟੀ ਦਿੱਤੀ, ਅਤੇ ਜਦੋਂ ਹੁਣ ਚੱਲਿਆ ਗਿਆ ਦੁਨੀਆ ਤੋਂ, ਜਦੋਂ ਇੱਥੇ ਪ੍ਰੋਗਰਾਮ ਹੋਣਗੇ, ਸਿੰਗਰ ਨਵੇਂ ਆਉਣਗੇ, ਉਹਨਾਂ ਨੂੰ ਮੌਕਾ ਮਿਲੂਗਾ, ਉਹਨਾਂ ਨੂੰ ਵੀ ਬਾਈ ਮਤਲਬ ਕਿ ਫੇਮ ਦੇ ਦੂਗਾ। ਐਡੀ ਉਹਦੇ ਵਿੱਚ ਆਪਦੀ ਪਾਵਰ ਸੀਗੀ ਕਿ ਉਹਦੇ ਨਾਲ ਜਿਹੜਾ ਜੁੜ ਗਿਆ, ਜਿਵੇਂ ਕਹਿੰਦੇ ਨਾ ਵੀ ਪਾਰਸ ਸੀ ਉਹਦੇ ਨਾਲ ਜਿਹੜਾ ਮਾੜਾ ਜਿਹਾ ਵੀ ਜੁੜ ਗਿਆ, ਉਹਨੂੰ ਵੀ ਫੇਮ ਮਿਲ ਗਿਆ, ਉਹਨੂੰ ਵੀ ਸ਼ੌਹਰਤ ਮਿਲ ਗਈ ਉਹਦੇ ਨਾਲ ਜੁੜਨ ਨਾਲ। ਬਾਈ ਐਵੇਂ ਜੇ ਨਹੀਂ ਲੱਗਦਾ ਤੁਹਾਨੂੰ ਕਿਵੇਂ ਤੁਸੀਂ ਤਾਂ ਇਸ ਏਰੀਏ ਦੇ ਹੋ ਵੀ ਬੰਦਾ ਹੀਰਾ ਸੀ, ਪਰ ਸਾਹਮਣੇ ਨਹੀਂ ਗਿਆ, ਸਰਕਾਰਾਂ ਨੇ ਲਾ ਲਓ ਪ੍ਰਸ਼ਾਸਨ ਨੇ ਕਦਰ ਨਹੀਂ ਪਾਈ ਬੰਦੇ। ਜੇ ਕਿਤੇ ਬਾਹਰਲੇ ਦੇਸ਼ ਦੇ ਵਿੱਚ ਇਹੀ ਹੁੰਦਾ, ਕਹਿੰਦੇ ਕਈ ਕੰਟਰੀਆਂ ਕਹਿੰਦੀਆਂ ਸੀ ਵੀ ਤੈਨੂੰ ਅਸੀਂ ਉਰੇ ਦਾ ਨਾ PR ਦਿੰਦੇ ਹਾਂ, ਸਾਡੇ ਵਾਸਤੇ ਗਾ, ਪਰ ਉਹ ਪੰਜਾਬ ਦੇ ਬਣ ਕੇ ਰਿਹਾ, ਪਰ ਮੈਨੂੰ ਨਹੀਂ ਲੱਗਦਾ ਵੀ ਉਰੇ ਕਦਰ ਕਰੀ ਲੋਕਾਂ ਨੇ। ਮਿੱਟੀ ਦਾ ਪੁੱਤ ਸੀਗਾ ਉਹ, ਖੇਤਾਂ ਦਾ ਪੁੱਤ ਸੀ, ਉਹਨੇ ਕਿਹਾ ਮੈਂ ਟਿੱਬਿਆਂ ਦਾ ਪੁੱਤ ਹਾਂ। ਸਾਡੇ ਜਿਹੜੀ ਕਦਰ ਦੀ ਗੱਲ, ਸਾਡੇ ਲੋਕ ਹੈ ਨਾ, ਕਈਆਂ ਨੇ ਵੀ ਕਿਹਾ ਬਾਈ ਦੀਪ ਸਿੱਧੂ ਵੀ ਹੋਇਆ ਵੀ ਸਿੱਧੂ ਮੂਸੇ, ਮਰ ਕੇ ਲੋਕਾਂ ਨੂੰ ਦੱਸਣਾ ਪੈਂਦਾ ਵੀ ਜਦੋਂ ਮਰ ਜਾਂਦਾ ਨਾ ਕੋਈ, ਫਿਰ ਲੋਕ ਉਹਦੀਆਂ ਗੱਲਾਂ 'ਤੇ ਧਿਆਨ ਦਿੰਦੇ ਆ, ਜਿੰਨਾ ਤੱਕ ਜਿਉਂਦਾ ਉਹਨਾਂ 'ਚ ਉਹਦੀਆਂ ਗੱਲਾਂ ਨਹੀਂ ਮੰਨਦੇ। ਹੁਣ ਜਦੋਂ ਬਾਈ ਚੜ੍ਹਾਈ ਕਰ ਗਿਆ ਇਸ ਦੁਨੀਆਂ ਤੋਂ ਚਲਿਆ ਗਿਆ, ਬੜੇ ਲੋਕਾਂ ਨੇ ਕਿਹਾ ਵੀ ਅਸੀਂ ਤਾਂ ਇਹਦਾ ਗਾਣਾ ਵੀ ਨਹੀਂ ਸੁਣਿਆ ਸੀ, ਪਰ ਸਾਨੂੰ ਦੁੱਖ ਹੋਇਆ। ਵੀ ਕਹਿਣ ਦਾ ਮਤਲਬ ਵੀ ਜਿਉਂਦੇ ਨੂੰ ਸਮਝ ਨਹੀਂ ਸਕਦੇ, ਬਹੁਤ ਥੋੜ੍ਹੇ ਬੰਦੇ ਹੁੰਦੇ ਜਿਹੜੇ ਸਮਝ ਲੈਂਦੇ ਆ। ਜਦੋਂ ਬਾਈ ਨੇ ਨਾ ਇੱਕ ਮੈਂ ਖਾਸ ਗੱਲ ਕਹਿਣਾ ਚਾਹੂੰਗਾ, ਤੁਸੀਂ ਇਸ ਗੱਲ ਨੂੰ ਨੋਟ ਵੀ ਕਰਿਓ ਅਤੇ ਇਹਨੂੰ ਚਲਾਇਓ, ਆਹ ਗੱਲ ਨੂੰ ਜ਼ੋਰ ਦਿਓ ਇਸ ਗੱਲ 'ਤੇ। ਬਾਈ ਨੇ ਕਿਹਾ ਸੀ ਨਾ ਇੱਕ ਮਾਈ ਭਾਗੋ ਵਾਲੇ ਕਨਸੈਪਟ 'ਤੇ ਗਾਣਾ ਗਾਇਆ ਸੀਗਾ, ਮਾਈ ਭਾਗੋ ਵਰਗੀ ਤਸੀਰ ਜੱਟੀ ਦੀ, ਹੈ ਨਾ, ਜਿਵੇਂ ਕੋਈ ਸ਼ਹਿਰ ਜਾਂ ਕੁਛ ਸੀਗਾ ਵੀ ਭਾਈ ਸੰਤੋਖ ਸਿੰਘ ਕਬਚੂੜਾ ਮਨ, ਸਾਡੇ ਮਤਲਬ ਕਿ ਸਿੱਖ ਇਤਿਹਾਸ ਨੂੰ ਉਹਨਾਂ ਨੇ ਸੂਰਜ ਪ੍ਰਕਾਸ਼ ਗ੍ਰੰਥ ਲਿਖਿਆ, ਕਈ ਗ੍ਰੰਥ ਲਿਖੇ ਨੇ, ਅਤੇ
ਉਹ ਸੂਰਜ ਪ੍ਰਕਾਸ਼ ਗ੍ਰੰਥ ਨੂੰ ਪੂਜਿਆ ਵੀ ਜਾਂਦਾ, ਉਹਦੀਆਂ ਕਥਾ ਵੀ ਹੁੰਦੀਆਂ ਹਰ ਗੁਰਦੁਆਰੇ 'ਚ। ਉਹਦੇ ਵਿੱਚ ਉਹਨਾਂ ਨੇ ਨਾ ਇੱਕ ਗੱਲ ਲਿਖੀ ਹੈ, ਮਾਈ ਭਾਗੋ ਦਾ ਇਤਿਹਾਸ ਲਿਖਿਆ ਹੋਇਆ, ਉਹਦੇ 'ਚ ਲਿਖਿਆ ਵੀ ਰਹਿਣੇ ਲੱਗੀ ਦਿਗੰਬਰ ਮਾਈ। ਦਿਗੰਬਰ ਉਹ ਹੁੰਦੇ ਆ ਜਿਹੜੇ ਕੱਪੜਿਆਂ ਤੋਂ ਬਿਨਾਂ ਨਿਰਵਸਤਰ ਹੁੰਦੇ ਆ, ਵੀ ਕੁਛ ਟਾਈਮ ਉਹਦੀ ਮਾਤਾ ਦੀ ਅਵਸਥਾ ਇੱਦਾਂ ਦੀ ਹੋ ਗਈ ਸੀ, ਉਹ ਕੱਪੜੇ ਨਹੀਂ ਪਾਏ ਕੁਛ ਟਾਈਮ। ਉਹ ਗੱਲ ਉਹਦੀ ਸਮਝਣ ਨਾਲ, ਆਮ ਬੰਦੇ ਨੂੰ ਤਾਂ ਇਹ ਲੱਗਦਾ ਵੀ ਇਹ ਕੀ ਲਿਖਤਾ, ਪਰ ਉਹ ਵੀ ਗੱਲ ਸਮਝਣ ਵਾਲੀ ਆ, ਕੋਈ ਐਡੀ ਗਲਤ ਗੱਲ ਨਹੀਂ। ਉਹ ਕਹਿਣ ਦਾ ਮਤਲਬ ਮੇਰਾ ਇਹ ਹੈ ਵੀ ਐਡਾ ਵੱਡਾ ਮਹਾਂਕਵੀ ਜਿਹਨੂੰ ਕਵ ਚੂੜਾ ਮਨ ਦਾ ਖਿਤਾਬ ਦਿੱਤਾ, ਉਹਨੇ ਤਾਂ ਇੱਥੋਂ ਵੀ ਤੱਕ ਲਿਖਤਾ ਵੀ ਦਿਗੰਬਰ ਰਹਿਣ ਲੱਗ ਗਈ। ਇਹਨੇ ਇਹੋ ਜਿਹੀ ਤਾਂ ਕੋਈ ਗੱਲ ਲਿਖੀ ਨਹੀਂ ਸੀ, ਇਹਨੇ ਤਾਂ ਕੁੜੀ ਦੀ ਤਸੀਰ ਬਾਰੇ ਦੱਸਿਆ ਸੀ, ਮਾਂ ਵੀ ਭਾਗੋ ਵਰਗੀ ਹੈ। ਕਿੱਥੇ ਇੱਕ ਕਵੀ ਨੇ, ਮਹਾਨ ਕਵੀ ਨੇ ਲਿਖਤਾ ਵੀ ਉਹ ਬਿਨ ਨਿਰਵਸਤਰ ਰਹਿਣ ਲੱਗੀ, ਦਿਗੰਬਰ ਰਹਿਣ ਲੱਗ ਗਈ। ਉਹਨੂੰ ਪੂਜਿਆ ਜਾਂਦਾ, ਉਹਦੀ ਕਥਾ ਹੁੰਦੀ ਆ, ਉਹ ਕੋਈ ਮਾੜੀ ਗੱਲ ਨਹੀਂ, ਗਲਤ ਗੱਲ ਨਹੀਂ, ਪਰ ਜਿਹੜਾ ਬੰਦਾ ਉਸ ਚੀਜ਼ ਨੂੰ ਸਮਝ ਜਾਂਦਾ, ਅਸੀਂ ਪੜ੍ਹੇ ਹਾਂ, ਮੈਂ ਪੜ੍ਹਿਆ, ਮੈਨੂੰ ਸਮਝ ਆ ਉਸ ਚੀਜ਼ ਦੀ, ਅਤੇ ਜਦੋਂ ਇਹਨੇ ਇਹ ਗੱਲ ਕਹੀ, ਇਹ ਤਾਂ ਕੋਈ ਗੱਲ ਗਲਤ ਹੈ ਹੀ ਨਹੀਂ ਸੀ। ਇਹ ਤੂੰ ਸੀ ਜਿਹੜੀ ਗੱਲ ਸ਼ੁਰੂ ਕਰੀ ਸੀ ਵੀ ਲੋਕਾਂ ਨੂੰ ਸਮਝ ਕਿਉਂ ਨਹੀਂ ਪੈਂਦੀ, ਲੋਕ ਪਤਾ ਨਹੀਂ ਤਾਂ ਅਨਪੜ੍ਹ ਹੈ, ਪਤਾ ਨਹੀਂ ਬੌਲੇ ਆ, ਪਤਾ ਨਹੀਂ ਕੀ ਗੱਲ ਹੈ। ਜੇ ਪੜ੍ਹੇ ਹੁੰਦੇ ਜਿਵੇਂ ਮੈਂ ਪੜ੍ਹਿਆ, ਮੈਨੂੰ ਪਤਾ ਮਾਈ ਭਾਗੋ ਦਾ ਕੀ ਇਸ ਸਬਜੈਕਟ ਹੈ, ਕਿ ਇਹਨੇ ਜਦੋਂ ਸਿੱਧੂ ਨੇ ਗੱਲ ਕਰੀ ਆ, ਉਹ ਕੋਈ ਐਡੀ ਗਲਤ ਗੱਲ ਹੈ ਹੀ ਨਹੀਂ ਸੀ। ਤਾਂ ਕਰਕੇ ਜਿਹੜਾ ਬੰਦਾ ਉਹਨੂੰ ਸਮਝ ਜਾਂਦਾ ਸੀ ਉਹ ਤਾਂ ਕਦਰ ਕਰਦਾ ਸੀ, ਹੁਣ ਜਿਹੜੇ ਬੰਦੇ ਦੇ ਸਮਝ ਹੀ ਨਹੀਂ ਆਇਆ ਉਹ ਫਿਰ ਉਹਨੂੰ ਮਾੜਾ ਮਾੜਾ ਕਹਿਣਗੇ, ਉੱਪਰ ਦੇ ਲੰਘ ਜਾਂਦੇ ਉੱਚੀਆਂ ਨੇ ਗੱਲਾਂ 'ਤੇ। ਯਾਰ ਆਲੋਚਨਾ ਹੁੰਦੀ ਆ ਨਾ, ਸਾਰਥਕ ਆਲੋਚਨਾ ਤਾਂ ਚੰਗੀ ਹੁੰਦੀ ਹੈ, ਜਿਹੜੀ ਆਲੋਚਨਾ ਦਾ ਪੱਧਰ ਨੀਵਾਂ ਡਿੱਗ ਜੇ ਉਹ ਗਲਤ ਗੱਲ ਹੁੰਦੀ ਆ। ਸਾਡੇ ਲੋਕਾਂ ਦਾ ਪੱਧਰ ਜਿਹੜਾ ਬੁੱਧੀ ਦਾ, ਫਿਰ ਉਹ ਪਤਾ ਲੱਗ ਜਾਂਦਾ, ਤਾਂ ਹੀ ਆਪਾਂ ਨੂੰ ਪਤਾ ਵੀ ਹੁਣ ਮਰੇ ਤੋਂ ਬਾਅਦ ਇਕੱਠ ਹੋ ਗਿਆ, ਮੇਲਾ ਹੋ ਗਿਆ, ਜੇ ਕਿਤੇ ਇੰਨੇ ਲੋਕ। ਇੱਕ ਗੱਲ ਮੈਂ ਤੁਹਾਡੀ ਹੋਰ ਦੱਸਦਾ, ਤੁਹਾਡੀ ਗੱਲ ਮੈਂ ਕਰਦਾ, ਬਹੁਤ ਸਿਆਣੀਆਂ ਗੱਲਾਂ ਕਰ ਰਹੇ ਤੁਸੀਂ। ਹੁਣ ਬਾਈ ਇਲੈਕਸ਼ਨ 'ਚ ਖੜਾ ਹੋਇਆ, ਮੇਰਾ ਨਾ ਫੇਸਬੁੱਕ ਦੇ ਉੱਪਰ ਪੇਜ ਹੈ ਇੱਕ ਗੁਰਮੁਖ ਸੰਧੂ ਸੰਗਰੂਰ ਦੇ ਨਾਂ ਤੋਂ, ਤੁਸੀਂ ਦੇਖਿਓ ਜ਼ਰੂਰ। ਕਦੋਂ ਬਾਈ ਇਲੈਕਸ਼ਨ ਦੇ ਵਿੱਚ ਖੜਾ ਹੁੰਦਾ ਨਾ, ਉਦੋਂ ਇੰਨੇ ਕੁ ਬੈਡ ਕਮੈਂਟ ਕਰਦੇ ਆ ਜਨਤਾ, ਮੈਂ ਉਹਦੇ 2-3 ਬਾਈ ਦੇ ਰੋਡ ਸ਼ੋਅ ਕਵਰ ਕਰੇ, ਇੰਨੇ ਕੁ ਬੈਡ ਕਮੈਂਟ ਕਰਦੇ ਨੇ ਕਿ ਮੈਨੂੰ ਵੀਡੀਓ ਦੇ ਜਿਹੜੇ ਕਮੈਂਟ ਨੇ ਔਫ ਕਰਨੇ ਪੈ ਗਏ। ਸਿੱਧੂ ਨੂੰ ਐਡੀ ਮਾੜੀ ਭਾਸ਼ਾ ਬੋਲ ਰਹੇ ਨੇ, ਮੈਨੂੰ ਐਡੀ ਮਾੜੀ ਭਾਸ਼ਾ ਬੋਲ ਰਹੇ ਨੇ ਵੀ ਮੈਂ ਕਮੈਂਟ ਔਫ ਕਰਿਆ। ਅੱਜ ਤੱਕ ਉਹ ਕਮੈਂਟ ਔਫ ਨੇ, ਪਰ ਮੈਨੂੰ ਬੜਾ ਦੁੱਖ ਹੁੰਦਾ, ਮੈਂ ਕਦੋਂ ਲੋਕਾਂ ਦਾ ਮੇਲਾ ਲੱਗਿਆ ਦੇਖਦਾ ਵੀ ਯਾਰ ਸ਼ਾਇਦ ਉਹੀ ਲੋਕ ਹੋਣਗੇ ਇਹਨਾਂ ਦੇ ਵਿੱਚ ਵੀ ਕੁਛ, ਤੋਂ ਵੱਧ ਉਹੀ ਲੋਕ ਹੋਣਗੇ ਜਿਉਂਦੇ ਜੀ ਕਦਰ ਕਰ ਲੈਂਦੇ। ਯਾਰ ਗੱਲ ਉਹੀ ਆ ਗਈ ਵੀ ਉਹ ਖੜਾ ਹੋਇਆ ਜਦੋਂ ਵੋਟਾਂ 'ਚ, ਕਿਹਦੇ ਲਈ ਖੜਾ ਹੋਇਆ? ਪਹਿਲੀ ਤਾਂ ਇਹ ਗੱਲ ਸਮਝਣ, ਆਪਦੇ ਲਈ ਖੜਾ ਹੋਇਆ? ਆਪਦੇ ਕੋਲ ਤਾਂ ਉਹਨੂੰ ਤਾਂ ਬਹੁਤ ਚੀਜ਼ਾਂ ਸੀ, ਪੈਸਾ ਵੀ ਬਹੁਤ ਸੀ, ਫੇਮ ਵੀ ਬਹੁਤ ਸੀ, ਕਿਹਦੇ ਲਈ ਖੜਾ ਹੋਇਆ? ਆਪਦੇ ਇਲਾਕੇ ਲਈ, ਆਪਦੇ ਲੋਕਾਂ ਲਈ ਖੜਾ ਹੋਇਆ ਸੀ ਨਾ। ਜੇ ਲੋਕਾਂ ਲਈ ਖੜਾ ਹੋਇਆ ਸੀ, ਲੋਕਾਂ ਨੇ ਉਹਦੀ ਉਹ ਕਦਰ ਨਹੀਂ ਪਾਈ, ਕਦਰ ਨਹੀਂ ਪਾਈ ਨਾ। ਫਿਰ ਨਾਟਕਾਂ ਦੇ ਵਿੱਚ ਆਸ਼ਾ ਖਿੱਚਿਆ ਜਾਂਦਾ, ਉਹਨੂੰ ਕਹਿ ਸਕਦੇ ਹਾਂ ਵੀ ਉਹ ਉੱਥੇ ਅਸਲ ਇਹਨਾਂ ਨੇ ਗਲਤ ਕਰਿਆ, ਠੀਕ ਆ, ਹਾਰ ਜਿੱਤ ਬਣੀ ਰਹਿੰਦੀ ਆ, ਪਰ ਨਾਟਕਾਰਾਂ ਨੂੰ ਆਸ਼ੇ ਪਿੱਛੇ ਪਾ ਕੇ ਖਿੱਚਣਾ, ਉਹਨੂੰ ਇੱਕ ਬੇਇੱਜ਼ਤੀ ਕਰਨਾ, ਹੇਠੀ ਕਰਨਾ। ਜਿਵੇਂ ਕਹਦੀ ਆਪਾਂ ਜਿਵੇਂ ਰੱਬੀ ਰੂਹ ਸੀ ਜੇ ਪੰਗਾ ਲਿਆ, ਤਾਂ ਆਪਾਂ ਇਹ ਵੀ ਸਮਝਦੇ ਹਾਂ ਵੀ ਫਿਰ ਉਹ ਦੇਣੀ ਵੀ ਪਈ ਗੱਲ, ਉਹ ਦੇਖ ਲਓ ਫਿਰ, ਹੈ ਨਾ। ਜਿਹੜੇ ਕਲਾਕਾਰਾਂ ਨਾਲ ਪੰਗਾ ਲਿਆ ਉਹਨਾਂ ਦੇ ਵੀ ਮਤਲਬ ਕਿ ਡਾਊਨ ਹੋ ਗਿਆ ਉਹਨਾਂ ਦਾ ਕਰੈਕਟਰ, ਵੀ ਇਸ ਇਹਦੇ ਨਾਲ ਖਹਿਣਾ ਤਾਂ ਬਹੁਤ ਗਲਤ ਗੱਲ, ਇਹਦਾ ਇਹਦੀ ਸਪੋਰਟ ਨਹੀਂ ਕਰ ਸਕਦੇ, ਤਾਂ ਉਹਦੀ ਇਹਦੀ ਉਹ ਵੀ ਨਾ ਕਰੋ ਨਾ, ਖਿੱਚੋ ਲੱਤਾਂ ਵੀ ਨਾ ਖਿੱਚੋ। ਤਾਂ ਦੋਸਤੋ ਤੁਸੀਂ ਨੇ ਇਹਨਾਂ ਵੀਰਾਂ ਦੀ ਪੂਰੀ ਗੱਲਬਾਤ ਸੁਣੀ, ਇਹਨਾਂ ਵੀਰਾਂ ਨੂੰ ਕਰਮਾਂ ਵਾਲੇ ਵੀ ਕਹਿ ਸਕਦੇ ਹਾਂ ਕਿ ਇਹਨਾਂ ਨੂੰ ਮੌਕਾ ਮਿਲਿਆ ਇਸ ਸਦੀ ਦੇ ਮਹਾਨ ਕਲਾਕਾਰ ਦੇ ਨਾਲ ਫੋਟੋ ਕਰਵਾਉਣ ਦਾ। ਬਾਕੀ ਦੋਸਤੋ ਸਿੱਧੂ ਦੇ ਚਾਹੁਣ ਵਾਲਿਆਂ ਨੂੰ ਅਤੇ ਮਾਪਿਆਂ ਨੂੰ ਅਫਸੋਸ ਰਹੇਗਾ ਕਿ ਇਸ ਮਹਾਨ ਕਲਾਕਾਰ ਨੂੰ ਬਹੁਤ ਘੱਟ ਸਮਾਂ ਮਿਲਿਆ ਆਪਣੀ ਕਲਾ ਲੋਕਾਂ ਨੂੰ ਦਿਖਾਉਣ ਦੇ ਲਈ, ਪਰ ਫਿਰ ਵੀ ਜਿੰਨਾ ਸਮਾਂ ਝੋਟਾ ਇਸ ਦੁਨੀਆ 'ਤੇ ਰਿਹਾ ਗਾਹ ਹੀ ਪਾ ਕੇ ਰੱਖਿਆ। ਤਾਂ ਦੋਸਤੋ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟਾਂ ਵਿੱਚ, ਆਪਣੀ ਰਾਏ ਵੀ ਜ਼ਰੂਰ ਦਿਆ ਕਰੋ। ਹੋਰ ਅਜਿਹੀਆਂ ਵੀਡੀਓ ਦੇਖਣ ਦੇ ਲਈ ਜੁੜੇ ਰਹੋ ਜੱਟ ਬਾਬੇ ਟੈਲੀਵਿਜ਼ਨ ਦੇ ਨਾਲ। ਧੰਨਵਾਦ, ਰੱਬ ਰਾਖਾ।